वरुणवी ਦੇ ਸਕੂਲ 'ਚ ਕਲ ਖੂਨ ਦਾਨ ਦਾ ਕੈਂਪ ਹੈਗਾ ਲੇਕਿਨ ਉਹਨੂੰ ਖੂਨ ਦਾਨ ਦੀ ਜਾਣਕਾਰੀ ਨਹੀਂ ਹੈਗੀ ਹੈ ਤਾਂ ਚਲਿਏ ਥੋੜੀ ਜਿਹੀ ਖੂਨ ਦਾਨ ਦੇ ਬਾਰੇ 'ਚ ਜਾਣਕਾਰੀ ਪ੍ਰਾਪਤ ਕਰਦੇ ਹਾਂ वरुणਵੀ ਦੇ ਉਦੀ ਮੰਮੀ ਦੀ ਬਾਤचीत ਤੋਂ ਮੰਮਾ ਖੂਨ ਦਾਨ ਕੀ ਹੁੰਦਾ ਹੈ ਬੇਟਾ ਸਾਡੇ ਸਰੀਰ ਵਿੱਚ ਵਗ ਰਿਹਾ ਖੂਨ ਦੇ ਕੁਝ ਭਾਗ ਦੇਣ ਨੂੰ ਹੀ ਖੂਨਦਾਨ ਕਿਹਾ ਜਾਂਦਾ ਹੈ ਤਾਂ ਕਿ ਕਿਸੇ ਲੋੜਵੰਦ ਬੰਦੇ ਨੂੰ ਜੀਵਨਦਾਨ ਦਿੱਤਾ ਜਾ ਸਕੇ ਮੰਮੀ ਇੱਕ ਵਾਰ ਵਿੱਚ ਕਿੰਨਾ ਖੂਨ ਲਿਆ ਜਾ ਸਕਦਾ ਹੈ ਇੱਕ ਵਾਰ ਵਿੱਚ 250 ml ਤੋਂ 300 ml ਤੱਕ ਖੂਨ ਲਿਆ ਜਾ ਸਕਦਾ ਹੈ ਔਰ ਸਾਡੇ ਸਰੀਰ ਵਿੱਚ ਕਿੰਨਾ ਖੂਨ ਹੁੰਦਾ ਹੈ ਸਾਡੇ ਸਰੀਰ ਵਿੱਚ ਲਗਭਗ 5 ਲੀਟਰ ਖੂਨ ਹੁੰਦਾ ਹੈ ਇੱਕ ਵਾਰ ਖੂਨ ਦੇਣ ਤੋਂ ਬਾਅਦ ਦੂਜੀ ਵਾਰ ਖੂਨਦਾਨ ਕਦੋਂ ਕੀਤਾ ਜਾ ਸਕਦਾ ਹੈ ਹਰ ਤੀਜੇ ਮਹੀਨੇ ਬਾਅਦ ਮਤਲਬ ਸਾਲ ਵਿੱਚ ਚਾਰ ਵਾਰੀ ਖੂਨਦਾਨ ਕੀਤਾ ਜਾ ਸਕਦਾ ਹੈ ਮੰਮੀ ਕੀ ਇਹੋ ਜਿਹੇ ਬੰਦੇ ਦੀ ਜਾਨ ਬਚਾਉਣ ਲਈ ਉਸ ਨੂੰ ਕਿਸੇ ਵੀ ਬੰਦੇ ਦਾ ਖੂਨ ਚੜਾਇਆ ਜਾ ਸਕਦਾ ਹੈ ਨਹੀਂ ਬੇਟਾ ਉਸ ਦੇ ਖੂਨ ਨਾਲ ਮਿਲਦਾ ਹੋਇਆ ਖੂਨ ਹੀ ਉਸ ਨੂੰ ਦਿੱਤਾ ਜਾ ਸਕਦਾ ਹੈ ਪਹਿਲਾਂ ਲੋੜਵੰਦ ਬੰਦੇ ਦੇ ਖੂਨ ਸਮੂਹ ਦੀ ਪਰਖਾਲ ਕੀਤੀ ਜਾਂਦੀ ਹੈ ਤੇ ਉਸ ਨੂੰ ਉਹੀ ਖੂਨ ਸਮੂਹ ਦਾ ਖੂਨ ਚੜਾਇਆ ਜਾਂਦਾ ਹੈ ਮੰਮੀ ਜ਼ਰੂਰਤ ਤੇ ਪੈਣ ਤੇ ਦੇਖ ਕੇ ਜ਼ਰੂਰਤਮੰਦ ਬੰਦੇ ਨੂੰ ਖੂਨ ਸਮੂਹ ਨਾਲ ਮੇਲ ਖਾਂਦਾ ਖੂਨ ਨਾ ਮਿਲੇ ਤਾਂ ਇਹੋ ਜਿਹਾ ਖੂਨ ਕਿੱਥੋਂ ਮਿਲਦਾ ਹੈ ਇਹੋ ਜਿਹੀ ਸੰਕਟਕਾਲ ਵਿੱਚ ਉਸ ਸਮੂਹ ਦਾ ਖੂਨ ਬਲੱਡ ਬੈਂਕ ਤੋਂ ਮੰਗਵਾਇਆ ਜਾਂਦਾ ਹੈ ਕੀ ਇਹ ਇਹੋ ਜਿਹਾ ਬਲੱਡ ਬੈਂਕ ਹਰੇਕ ਹਸਪਤਾਲ ਵਿੱਚ ਹੁੰਦਾ ਹੈ ਹਾਂਜੀ ਬੇਟਾ ਜੀ ਹਰ ਇੱਕ ਵੱਡੇ ਹਸਪਤਾਲ ਵਿੱਚ ਬਲੱਡ ਬੈਂਕ ਹੁੰਦਾ ਹੈ ਔਰ ਕੀ ਇਸ ਨਾਲ ਖੂਨ ਦਾਨ ਕਰਨ ਵਾਲੇ ਵਿਅਕਤੀ ਨੂੰ ਵੀ ਕੋਈ ਲਾਭ ਹੁੰਦਾ ਹੈ ਉਸ ਵਿਅਕਤੀ ਨੂੰ ਇੱਕ ਕਾਰਡ ਦਿੱਤਾ ਜਾਂਦਾ ਹੈ ਤਾਂ ਕਿ ਲੋੜ ਪੈਣ ਤੇ ਉਹ ਉਸ ਨੂੰ ਹਸਪਤਾਲ ਤੋਂ ਤੁਰੰਤ ਖੂਨ ਮਿਲ ਮਿਲ ਸਕੇ ਨਾਲੇ ਉਸ ਵਿਅਕਤੀ ਨੂੰ ਆਤਮ ਸੰਤੋਸ਼ ਦੀ ਅਭਾਸ ਹੁੰਦੀ ਹੈ ਕਿ ਖੂਨ ਦਾਨ ਕਰਨ ਵਾਲੇ ਵਿਅਕਤੀ ਨੂੰ ਕੁਝ ਪੈਸੇ ਵੀ ਮਿਲਦੇ ਹਨ ਨਹੀਂ ਪਰ ਕੁਝ ਲਾਲਚੀ ਬੰਦੇ ਆਪਣਾ ਖੂਨ